ਫਿਲਹਾਲ ਇਸ ਕੁਲਸ ਦੀ ਤਸਵੀਰਾਂ ਤੁਸੀਂ ਵੇਖ ਰਹੇ ਹੋ। ਤੁਸੀਂ ਵੇਖ ਸਕਦੇ ਹੋ ਬੱਸ ਡਰਾਈਵਰ ਨੇ ਦਾਅ ਤੇ ਕਿਵੇਂ ਸਵਾਰੀਆਂ ਦੀ ਜਾਨ ਲਈ ਹੈ। ਬੱਸ ਡਰਾਈਵਰ ਤੁਸੀਂ ਵੇਖ ਰਹੇ ਹੋ ਫੋਨ ਕੰਨ ਤੇ ਲਾਇਆ ਹੋਇਆ, ਇਸਨੇ ਬੱਸ ਚਲਾ ਰਿਹਾ ਕਾਫੀ ਤੇਜ਼ ਗਤੀ 'ਚ। ਇਹ ਬੱਸ ਚੱਲਦੀ ਨਜ਼ਰ ਆ ਰਹੀ ਹੈ ਵੱਡੀ ਗਿਣਤੀ 'ਚ। ਆਮ ਤੌਰ 'ਤੇ ਜਿਹੜਾ ਪਟਿਆਲੇ ਅਤੇ ਦਿੱਲੀ ਦਾ ਰੂਟ ਹੈ, ਵੱਡੀ ਗਿਣਤੀ 'ਚ ਸਵਾਰੀਆਂ ਸਵਾਰ ਹੁੰਦੀਆਂ ਨੇ ਅਤੇ ਸਾਫ਼ ਤੌਰ 'ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ 90 ਤੋਂ ਲੈ ਕੇ 120 ਸਵਾਰੀਆਂ ਇਹਦੇ 'ਚ ਸਵਾਰ ਹੋਣਗੀਆਂ। ਪਰ ਸਵਾਲ ਇਹ ਕਿ ਵਾਕਈ ਜਿਹੜੇ ਨਵੇਂ ਨਿਯਮ ਲਾਗੂ ਹੋਏ ਨੇ ਸਰਕਾਰ ਦੇ, ਵਾਕਈ ਲਾਗੂ ਹੋ ਰਹੇ ਨੇ? ਸਵਾਲ ਇਸ ਤਰ੍ਹਾਂ ਦੀ ਵੀਡੀਓ ਵੇਖਣ ਤੋਂ ਬਾਅਦ ਉੱਠਣੇ ਲਾਜ਼ਮੀ ਨੇ, ਕਿਉਂਕਿ ਲਗਾਤਾਰ ਜਿਹੜੇ ਡਰਾਈਵਰਸ ਨੇ ਕੁਤਾਹੀ ਕਰਦੇ ਨਜ਼ਰ ਆ ਰਹੇ ਨੇ। ਨਾ ਸੀਟ ਬੈਲਟ, ਨਾ ਇਹਨਾਂ ਨੇ ਲੋਕਾਂ ਦੀ ਗੱਲ ਸੁਣੀ, ਅਤੇ ਸਾਫ਼ ਤੌਰ 'ਤੇ ਇੱਕ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ, ਡਰਾਈਵਰ ਦੀ ਲਾਪਰਵਾਹੀ। PRTC ਬੱਸ ਦਾ ਇਹ ਮੰਜ਼ਰ ਤੁਹਾਨੂੰ ਅਸੀਂ ਵਿਖਾ ਰਹੇ, ਸਾਫ਼ ਤੌਰ 'ਤੇ ਤੁਸੀਂ ਵੇਖ ਸਕਦੇ ਹੋ। ਬੱਸ ਚਲਾਉਂਦੇ ਸਮੇਂ ਫੋਨ 'ਤੇ ਡਰਾਈਵਰ ਲੱਗਾ ਹੋਇਆ, ਸਵਾਰੀਆਂ ਨੇ ਇਹ ਵੀਡੀਓ ਬਣਾਇਆ, ਦੋ ਤਿੰਨ ਸਵਾਰੀਆਂ ਨੇ ਵੀਡੀਓ ਬਣਾਇਆ। ਇੱਕ ਐਂਗਲ ਤੋਂ ਤੁਹਾਨੂੰ ਵਿਖਾ ਰਹੇ ਹਾਂ ਪਹਿਲਾਂ, ਦੂਜੇ ਐਂਗਲ ਤੋਂ ਵੇਖੋ ਕਿਵੇਂ ਇਹ ਵੀਡੀਓ ਬਣਾਇਆ ਗਿਆ। ਹਾਲਾਂਕਿ ਸਵਾਰੀਆਂ ਨੇ ਆਪਣਾ ਟਿਕਟ ਵੀ ਬਕਾਇਦਾ ਜਨਤਕ ਕੀਤਾ ਅਤੇ ਵਿਖਾਇਆ ਉਹਨਾਂ ਨੇ ਕਿ ਇਸ ਬੱਸ ਦਾ ਹਿੱਸਾ ਸੀ, ਅਤੇ ਬਕਾਇਦਾ ਟਿਕਟ ਵੀ ਸਵਾਰੀ ਨੇ ਲਿੱਤਾ ਸੀ 255 ਰੁਪਏ ਦਾ। ਪਰ ਦੂਜੇ ਪਾਸੇ PRTC ਪ੍ਰਸ਼ਾਸਨ ਹੁਣ ਕਾਰਵਾਈ ਦੀ ਮੰਗ ਕਰ ਰਿਹਾ, ਸਬੂਤਾਂ ਦੇ ਤੌਰ 'ਤੇ ਟਿਕਟ ਵੀ ਪੇਸ਼ ਕੀਤਾ ਗਿਆ ਲੋਕਾਂ ਵੱਲੋਂ, ਅਤੇ ਦੂਜੇ ਪਾਸੇ ਬੱਸ ਦਾ ਨੰਬਰ ਵੀ ਵਿਖਾਇਆ ਗਿਆ। ਬੱਸ ਡਰਾਈਵਰ ਦੇ ਖਿਲਾਫ ਫਿਲਹਾਲ ਸ਼ਿਕਾਇਤ ਵੀ ਕੀਤੀ ਗਈ ਹੈ। ਹਾਂ ਸਰ, ਦੱਸੋ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ, ਜਿਹੜਾ ਇੱਕ PRTC ਦਾ ਦੱਸਿਆ ਵੀ ਦਿੱਲੀ ਰੋਡ ਹੈਗੀ ਬੱਸ, ਅਤੇ ਉਹ ਕੀ ਹੈਗਾ ਉਹਦਾ? ਮੈਨੂੰ ਹੁਣ ਤੁਹਾਡੇ ਥਰੂ ਹੀ ਪਤਾ ਲੱਗਿਆ, ਡਰਾਈਵਰ ਅੱਗੇ ਜੋ ਵੀ ਬਣਦੀ ਹੈ ਉਹ ਕਾਰਵਾਈ ਕੀਤੀ ਜਾਏਗੀ। ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ, ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿਵੇਂ ਕੁਤਾਹੀ ਕੀਤੀ ਗਈ, ਹਾਲਾਂਕਿ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ। ਅਵਿਨਾਸ਼ ਕੰਬੋਜ ਲਿਵਿੰਗ ਇੰਡੀਆ ਨਿਊਜ਼ ਪੱਤਰਕਾਰ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲੇ ਤੋਂ। ਅਵਿਨਾਸ਼, ਮਾਮਲਾ ਕਿੱਥੇ ਤੱਕ ਪਹੁੰਚਿਆ ਅਤੇ ਕਦੋਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ? ਅਮਰ, ਇਹ ਜਿਹੜਾ ਮਾਮਲਾ ਹੈ ਇਹ ਦੱਸਿਆ ਜਾ ਰਿਹਾ ਹੈ, ਕਿਉਂਕਿ ਇਹ ਜਿਹੜੀ ਵੀਡੀਓ ਹੈਗੀ ਹੈ ਸਵਾਰੀਆਂ ਵੱਲੋਂ ਜਿਹੜੀ ਵਾਇਰਲ ਕੀਤੀ ਗਈ ਹੈ। ਸਾਫ਼ ਤੌਰ 'ਤੇ ਜਿਹੜਾ ਬੱਸ ਚਾਲਕ ਸੀਗਾ ਉਹਦੇ ਵੱਲੋਂ ਕੰਨ 'ਤੇ ਫੋਨ ਲਗਾ ਕੇ ਜਿਹੜੀ ਬੱਸ ਚਲਾਈ ਜਾ ਰਹੀ ਹੈ, ਕਿਤੇ ਨਾ ਕਿਤੇ ਜਿਹੜੀ ਸਵਾਰੀਆਂ ਹੈਗੀਆਂ ਉਹਨਾਂ ਦੇ ਜਾਨ ਦਾ ਜੋਖਮ ਬਣਿਆ ਸੀ, ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀਗਾ, ਜਿਹਦੇ ਚੱਲਦੇ ਸਵਾਰੀਆਂ ਨੇ ਇਹ ਵੀਡੀਓ ਬਣਾ ਕੇ ਜਿਹੜੀ ਵਾਇਰਲ ਕੀਤੀ ਹੈ। ਸਾਫ਼ ਤੌਰ 'ਤੇ ਜਿਹੜੀ ਟਿਕਟ ਹੈ ਸਵਾਰੀ ਨੇ ਟਿਕਟ ਖਰੀਦੀ ਸੀ ਉਹ ਵੀ ਜਿਹੜੀ ਵਾਇਰਲ ਕੀਤੀ ਹੈ। ਇਹ ਬੱਸ ਜਿਹੜੀ ਦੱਸੀ ਜਾ ਰਹੀ ਹੈ ਪਟਿਆਲਾ ਤੋਂ ਦਿੱਲੀ ਦੇ ਲਈ ਰਵਾਨਾ ਹੋਈ ਸੀ, ਰਸਤੇ ਦੇ ਵਿੱਚ ਜਿਹੜਾ ਬੱਸ ਡਰਾਈਵਰ ਸੀਗਾ ਉਹਦੇ ਵੱਲੋਂ ਜਿਹੜਾ ਫੋਨ ਦੇ ਉੱਪਰ ਗੱਲ ਕਰਦੇ ਹੋਏ ਬੱਸ ਚਲਾਈ ਜਾ ਰਹੀ ਸੀ। ਕਿਤੇ ਨਾ ਕਿਤੇ ਵੱਡੀ ਜਿਹੜੀ ਦੁਰਘਟਨਾ ਨੂੰ ਜਿਹੜਾ ਹੋ ਸਕਦਾ ਸੀਗਾ, ਕਿਉਂਕਿ ਵੱਡੀ ਦੁਰਘਟਨਾ ਹੋ ਸਕਦੀ ਕਿਉਂਕਿ ਮੋਬਾਈਲ ਦਾ ਉਪਯੋਗ ਕਰਨਾ ਜਿਹੜਾ ਬੱਸ ਚਲਾਉਂਦੇ ਹੋਏ ਨਹੀਂ ਠੀਕ ਹੈਗਾ। ਅਵਿਨਾਸ਼, ਕਿੰਨੀਆਂ ਸਵਾਰੀਆਂ ਮੌਜੂਦ ਸੀ ਬੱਸ 'ਚ ਉਸ ਵੇਲੇ? ਜੀ ਅਮਰ, ਗੱਲ ਕਰੀਏ ਤੇ ਬੱਸ ਦੇ ਵਿੱਚ ਘੱਟੋ ਘੱਟ 100 ਸਵਾਰੀ ਜਿਹੜੀ ਹੈਗੀ ਆ ਉਹ ਦੱਸ ਰਹੇ ਸੀਗੇ, 100 ਦੇ ਕਰੀਬ ਜਿਹੜੀ ਸਵਾਰੀ ਹੈ ਉਹ ਮੌਜੂਦ ਸੀਗੀ। ਕਿਉਂਕਿ ਜਿਹੜਾ ਇਹਦੇ ਉੱਪਰ ਮਾਮਲੇ ਦੇ ਉੱਪਰ ਜਦ PRTC ਦੇ ਅਧਿਕਾਰੀ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਸਾਨੂੰ ਸਾਫ਼ ਤੌਰ 'ਤੇ ਕਿਹਾ ਕਿ ਤੁਹਾਨੂੰ ਇਹ ਵੀਡੀਓ ਦਿਖਾਈ ਹੈ, ਇਹਦੇ ਜਿਹੜੀ ਹੈਗੀ ਰਿਕਾਰਡਿੰਗ ਜਿਹੜੀ ਬਣਦੀ ਕਾਰਵਾਈ ਹੈ ਉਹ ਬੱਸ ਡਰਾਈਵਰ ਦੇ ਖਿਲਾਫ਼ ਕੀਤੀ ਜਾਊਗੀ। ਬਿਲਕੁਲ, PRTC ਪ੍ਰਸ਼ਾਸਨ ਆਪਣੀ ਦਲੀਲਾਂ ਦੇ ਰਿਹਾ ਵਾਕਈ, ਪਰ ਸਾਫ਼ ਤੌਰ 'ਤੇ ਕਿ ਇਹ ਵੀ ਮੁੱਦਾ ਚੁੱਕਿਆ ਗਿਆ, ਕਿਉਂਕਿ ਜਦੋਂ ਡਰਾਈਵਰ ਨੂੰ ਰੋਕਿਆ ਗਿਆ ਲੋਕਾਂ ਵੱਲੋਂ ਤਾਂ ਡਰਾਈਵਰ ਨੇ ਸਾਫ਼ ਤੌਰ 'ਤੇ ਲੋਕਾਂ ਨੂੰ ਧਮਕੀ ਦਿੱਤੀ, ਉਹਨਾਂ ਨੇ ਕਿਹਾ ਕਿ ਬਸ ਤੁਸੀਂ ਖੁਦ ਚਲਾ ਲਓ, ਜੇ ਇੰਨੀ ਤੁਹਾਨੂੰ ਤਕਲੀਫ ਹੈ ਮੈਂ ਇੱਦਾਂ ਹੀ ਕਰਾਂਗਾ। ਇਸ ਤਰ੍ਹਾਂ ਦੀ ਇਹਦੀ ਸ਼ਬਦਾਵਲੀ ਸੀ, ਇਸ ਤਰ੍ਹਾਂ ਦਾ ਇਹਦਾ ਲਹਿਜ਼ਾ ਸੀ। ਇਸ ਮਾਮਲੇ ਨੂੰ ਲੈ ਕੇ ਫਿਲਹਾਲ PRTC ਪ੍ਰਸ਼ਾਸਨ ਕੀ ਕਹਿ ਰਿਹਾ? ਡਰਾਈਵਰ ਦੀ ਪਛਾਣ ਹੋ ਸਕੀ ਹੈ, ਕੋਈ ਕਾਰਵਾਈ ਕੀਤੀ ਗਈ ਅਜੇ ਤੱਕ ਜਾਂ ਫਿਰ ਨਹੀਂ? ਅਮਰ, ਗੱਲ ਕਰੀਏ ਤਾਂ PRTC ਜਿਹੜੇ ਅਧਿਕਾਰੀ ਸੀ ਉਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਸੀ ਕਿ ਵੀਡੀਓ ਸਾਡੇ ਸਾਹਮਣੇ ਆਈ ਹੈ ਜੋ ਬਣਦੀ ਕਾਰਵਾਈ ਆ ਉਹ ਡਰਾਈਵਰ ਦੇ ਖਿਲਾਫ਼ ਜ਼ਰੂਰ ਕਰਾਂਗੇ, ਲੇਕਿਨ ਇਸ ਤੋਂ ਜ਼ਿਆਦਾ ਕੁਝ ਹੋਰ ਜਿਹੜਾ PRTC ਮਹਿਕਮਾ ਹੈ ਦੱਸਣ ਨੂੰ ਤਿਆਰ ਨਹੀਂ ਹੈ ਕਿ ਕਾਰਵਾਈ ਕਦ ਕਰਨਗੇ ਅਤੇ ਕੀ ਪਛਾਣ ਹੋਈ ਹੈ ਡਰਾਈਵਰ ਦੀ।
ਠੀਕ ਹੈ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਵਿਨਾਸ਼ ਕੰਬੋ ਸਾਡੇ ਲਿਵਿੰਗ ਇੰਡੀਆ ਨਿਊਜ਼ ਪੱਤਰਕਾਰ, ਫਿਲਹਾਲ ਪਟਿਆਲਾ ਤੋਂ ਜਾਣਕਾਰੀ ਦੇ ਰਹੇ ਸੀ। ਅਤੇ ਫਿਲਹਾਲ ਮੁੜ ਫਿਰ ਤੋਂ ਤੁਹਾਨੂੰ ਵਿਖਾ ਰਹੇ ਹਾਂ ਤਸਵੀਰਾਂ, ਐਕਸਕਲੂਸਿਵ ਤਸਵੀਰਾਂ ਤੁਹਾਡੇ ਸਾਹਮਣੇ, ਤੁਸੀਂ ਵੇਖ ਸਕਦੇ ਹੋ ਕਿਉਂਕਿ ਤੁਹਾਡੇ ਸਰਕਾਰ ਨਾਲ ਜੁੜੀ ਇਹ ਖਬਰ ਹੈ। ਕਿਉਂਕਿ ਆਏ ਦਿਨ ਹਰ ਕੋਈ ਸਫ਼ਰ ਕਰਦਾ ਹੈ ਬੱਸਾਂ ਦੇ ਰਾਹੀਂ ਅਤੇ ਤੁਹਾਡੀ ਜਾਨ ਜੋਖਿਮ 'ਚ ਪੈ ਸਕਦੀ ਹੈ। ਜੇ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਮਾਮਲਾ ਵੇਖਦੇ ਹੋ ਤਾਂ ਜ਼ਰੂਰ ਸਾਡੇ ਨਾਲ ਵੀ ਸਾਂਝਾ ਕਰ ਸਕਦੇ ਹੋ। ਪ੍ਰਸ਼ਾਸਨ ਨੂੰ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਇਸ ਮੁਤਲਿਕ, ਅਤੇ ਪ੍ਰਸ਼ਾਸਨ ਵੀ ਤੁਹਾਡੀ ਉਮੀਦ ਹੈ ਮਦਦ ਕਰੇਗਾ। ਪਰ ਲਿਵਿੰਗ ਇੰਡੀਆ ਨਿਊਜ਼ ਲਗਾਤਾਰ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਵੇਖ ਸਕਦੇ ਹੋ ਕਿਵੇਂ ਇਹ ਮਾਮਲਾ ਸਾਹਮਣੇ ਆਇਆ। ਜੇ ਇਸ ਤਰ੍ਹਾਂ ਦਾ ਮਾਮਲਾ ਕੋਈ ਸਾਹਮਣੇ ਆਉਂਦਾ ਤਾਂ ਤੁਸੀਂ ਸ਼ਿਕਾਇਤ ਜ਼ਰੂਰ ਕਰੋ।